ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਇੱਕ ਸਰਕਾਰ ਦੀ ਯੋਜਨਾ ਦਾ ਜ਼ਿਕਰ ਉਹਨਾਂ ਨੇ ਕੀਤਾ। ਉਹਨਾਂ ਕਿਹਾ ਕਿ ਇਸ ਯੋਜਨਾ ਤਹਿਤ ਅਸੀਂ ਦਿੱਲੀ ਦੇ ਸੀਨੀਅਰ ਨਾਗਰਿਕਾਂ ਤੇ ਬਜ਼ੁਰਗਾਂ ਨੂੰ ਮੁਫਤ ਤੀਰth ਯਾਤਰਾ ਕਰਵਾਵਾਂਗੇ। ਹਰਦੁਆਰ, ਰਿਸ਼ੀਕੇਸ਼, ਸ਼੍ਰੀੜੀ ਸਾਈਂ ਬਾਬਾ, ਮਥੁਰਾ, ਬਿੰਦਾਂਵਨ, ਰਮੇਸ਼ਵਰ ਜੋ ਯੋਧਿਆ ਵਰਗੇ 12 ਤੋਂ ਬਾਅਦ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਪ੍ਰਬੰਧ ਸਾਡੇ ਕੋਲ ਹੈ। ਪਰ ਗੱਲ ਇਹ ਹੈ ਕਿ ਕੇਜਰੀਵਾਲ ਨੇ ਇਹਨਾਂ ਤੀਰਥ ਸਥਾਨਾਂ ਦੀ ਯਾਤਰਾ ਦੇ ਵਿੱਚ ਹੋਰ ਕਿਸੇ ਧਰਮ ਦੇ ਕਿਸੇ ਸਥਾਨ ਦਾ ਜ਼ਿਕਰ ਨਹੀਂ ਕੀਤਾ ਸਿਰਫ ਹਿੰਦੂਆਂ ਦੇ ਪੀਰਥ ਸਥਾਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਦੀ ਵੋਟ ਰੈਂਕ ਤੱਕ ਹਾਸਲ ਉਹਨਾਂ ਤੱਕ ਹੱਥ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਮਾਹਿਰ ਅੰਸਾਰ ਕੀਤੀ ਗਈ ਜਦੋਂ ਭਾਜਪਾ ਪੂਰੇ ਭਾਰਤ ਦੇ ਵਿੱਚ ਸੰਘਰਸ਼ ਕਰ ਰਹੀ ਸੀ ਤੇ ਉਸ ਦਾ ਉੱਪਰਲੀ ਕੁਰਸੀ ਨੂੰ ਹੱਥ ਨਹੀਂ ਸੀ ਪੈ ਰਿਆ ਤੇ ਲੱਗਦਾ ਨਹੀਂ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚ ਸਕਣਗੇ ਵਿਰੋਧੀ ਧਿਰ ਤੋਂ ਵੀ ਦੂਰ ਪਹੁੰਚ ਗਏ ਸੀ ਜਦੋਂ ਜਨਤਾ ਪ党 ਦਾ ਉਭਾਰ ਹੋਇਆ ਸੀ ਤੇ ਸੋਮਨਾਥ ਮੰਦਰ ਤੋਂ ਹੀ ਯਾਤਰਾ ਕੱਢੀ ਸੀ ਲਾਲ ਕਿਸ਼ਨ ਅਡਵਾਨੀ ਨੇ ਰੱਥ ਯਾਤਰਾ ਉਸ ਤੋਂ ਬਾਅਦ ਦਾ ਸਾਰਾ ਕੁਝ ਇਤਿਹਾਸ ਹੈ ਵਿਰੋਧੀ ਧਿਰ ਦੇ ਵਿੱਚ ਆਇਆ ਅਕਲ ਵਿਹਾਰੀ ਬਾਜਪੀ ਦੀ ਸਰਕਾਰ ਵੀ ਬਣਦੀ ਹੈ ਤੇ ਹੁਣ ਤੁਹਾਨੂੰ ਪਤਾ ਕਿ ਨਰਿੰਦਰ ਮੋਦੀ ਬੈਠੇ ਹੋਏ ਨੇ 2020 ਦੇ ਵਿੱਚ ਦਿੱਲੀ ਦੇ ਅਕਸ਼ਰਧਾਮ ਮੰਦਰ ਦੇ ਵਿੱਚ ਔਰ ਉਹਨਾਂ ਨੇ ਪਰਿਵਾਰ ਸਮੇਤ ਲਕਸ਼ਮੀ ਪੂਜਾ ਕੀਤੀ ਤੇ ਟੀਵੀ ਚੈਨਲਾਂ ਦੇ ਉੱਪਰ ਸਿੱਧਾ ਸਿੱਧਾ ਪ੍ਰਸਾਰਣ ਕੀਤਾ ਗਿਆ ਔਰ ਇੱਕ ਪੱਤਰਕਾਰ ਜਿਹੜੇ ਨੇ ਸੀਨੀਅਰ ਪੱਤਰਕਾਰ ਉਹ ਲਿਖਦੇ ਨੇ ਕਿ ਜਿਵੇਂ ਜਿਵੇਂ ਟੋਨਾ ਦੀਆਂ ਟਿਕਾ ਨੇੜੇ ਆਉਂਦੀਆਂ ਜਾਂਦੀਆਂ ਨੇ ਕੇਜਰੀਵਾਲ ਦੀ ਧਾਰਮਿਕਤਾ ਜਿਹੜੀ ਹੈ ਉਹ ਜ਼ੋਰ ਪੜਨ ਲੱਗ ਪਈ ਹੈ ਡਾਕਟਰ ਪੀਰ ਬੇਕਰ ਦੀਆਂ 22 ਪ੍ਰਤੀਕਿਆਵਾਂ ਦੇ ਵਿੱਚੋਂ 22 ਵੌਲ ਮੈਂ ਬ੍ਰਹਮਾ ਵਿਸ਼ਨੂ ਤੇ ਮਹੇਸ਼ ਵਿੱਚ ਵਿਸ਼ਵਾਸ ਨਹੀਂ ਕਰਦਾ ਤੇ ਨਾ ਮੈਂ ਉਹਦੀ ਪੂਜਾ ਕਰਾਂਗਾ ਨਾ ਮੈਂ ਰਾਮ ਕ੍ਰਿਸ਼ਨ ਜੋ ਭਗਵਾਨ ਦੇ ਅਵਤਾਰ ਮੰਨੇ ਜਾਂਦੇ ਨੇ ਵਿੱਚ ਕੋਈ ਵਿਸ਼ਵਾਸ ਰੱਖਾਂਗਾ ਤੇ ਨਾ ਮੈਂ ਉਹਨਾਂ ਦੀ ਪੂਜਾ ਕਰਾਂਗਾ ਮੈਂ ਗੋਰੀ ਗਣਪਤੀ ਤੇ ਹਿੰਦੂਆਂ ਦੇ ਹੋਰ ਦੇਵੀ-ਦੇਵਤਿਆਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਾਂਗਾ ਤੇ ਨਾ ਮੈਂ ਉਹਨਾਂ ਦੀ ਪੂਜਾ ਕਰਾਂਗਾ ਤੇ ਨਾ ਮੈਂ ਭਗਵਾਨ ਦੇ ਅਵਤਾਰ ਵਿੱਚ ਵਿਸ਼ਵਾਸ ਰੱਖਦਾ ਹਾਂ ਇਸ ਤੋਂ ਉਸ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਜਾਂ ਕੇਜਰੀਵਾਲ ਨੇ ਅਸਤੀਫਾ ਲੈ ਲਿਆ ਜਦੋਂ ਉਹ ਇਸ ਪ੍ਰਤੀਕਿਆ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਭਾਜਪਾ ਵਾਲੇ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹ ਲੈਂਦੇ ਨੇ ਅਰਵਿੰਦ ਕੇਜਰੀ ਦੇ ਖਿਲਾਫ ਵੀ ਖੋਲ੍ਹਦੇ ਨੇ ਕਿ ਤੁਸੀਂ ਹਿੰਦੂ ਵਿਰੋਧੀ ਹੋ ਹੁਣ ਕੱਲ ਇਹ ਕਿ ਸੁਨਾਲੀ ਫੁਕਾੜ ਦਾ ਲਾਈਫ ਸਟਾਈਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀ ਉਸ ਗੱਲ ਨੂੰ ਜਿਆਦਾ ਜਿਹੜਾ ਘੋਖਿਆ ਪਰਖਿਆ ਜਾਂਦਾ ਬਜਾਏ ਇਸ ਦੇ ਉਸਦੇ ਨਾਲ ਹੋਇਆ ਕੀ ਹੈ ਸਮਝਣ ਵਾਲੀ ਗੱਲ ਹੈ ਕਿ ਅੱਜ ਉਸ ਦੀ ਛੋਟੀ ਜੀ ਬੱਚੀ ਨਾ تھا ਉਸ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਾਂ ਦੀ ਹੁਣ ਮੌਤ ਹੋ ਗਈ ਹੈ ਉਸ ਦਾ ਭੁਲੇਖਾ ਕੀ ਹੈ ਕਿ ਉਸ ਉਹਨਾਂ ਡਾਕਟਰਾਂ ਨੂੰ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਪੁੱਛਿਆ ਕਿ ਤੁਸੀਂ ਭਾਈ ਤਫ਼ਤੀਸ਼ ਪੂਰੀ ਹੋਣ ਤੋਂ ਪਹਿਲੇ ਆਪਣਾ ਵਰਡਿਕ ਕਿਉਂ ਦੇ ਦਿੱਤਾ ਸੀ ਆਪਣੇ ਆਪ ਨੂੰ ਰੱਬ ਸਮਝਣ ਵਾਲਾ ਪਿਤਾ ਔਰ ਇੰਨਾ ਜ਼ਲੀਲ ਹੋਇਆ ਪਰ ਸ਼ਰਮ ਉਸ ਨੂੰ ਅੱਜ ਵੀ ਨਹੀਂ ਹੈ ਖੈਰ ਲੋਕ ਅੱਜ ਵੀ ਉਸਦੇ ਬਹੁਤ ਸਾਰੇ ਮਗਰ ਲੱਗੇ ਹੋਏ ਨੇ ਪਰ ਕਰਜ਼ਾ ਇੰਨਾ ਜ਼ਿਆਦਾ ਵੱਧ ਗਿਆ ਤੇ ਸ਼ਾਹੀ ਖਰਚੇ ਇਸ ਹਿਸਾਬ ਨਾਲ ਪੰਜਾਬ 'ਚ ਕੀਤੇ ਗਏ ਆਪਣਾ ਪਰਸ ਜਿਹੜਾ ਸੀ ਉਹ ਚੈੱਕ ਨਹੀਂ ਕੀਤਾ ਗਿਆ ਕਿ ਸਾਡੇ ਕੋਲ ਹੈ ਕੀ ਤੇ ਅੱਜ ਸਾਡੀ ਬਹੁਤੀ ਆਮਦਨੀ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਸਿਰਫ ਵਿਆਜ ਦੇਣ ਦੇ ਵਿੱਚ ਜਾ ਰਿਹਾ ਚਾਹੇ ਉਹ ਬਿਜਲੀ ਸਸਤੀ ਹੋਵੇ ਚਾਹੇ ਇਸ ਤਰ੍ਹਾਂ ਟਰਾਂਸਪੋਰਟੇਸ਼ਨ ਦਾ ਹੋਵੇ ਪਰ ਉਹ ਜਿਹੜੇ ਮਹਿਕਮੇ ਬਣਾਏ ਗਏ ਨੇ ਇੰਡੀਪੈਂਡੈਂਟ ਭਾਵੇਂ ਉਹ ਸਰਕਾਰੀ ਨੇ ਪਰ ਉਹਨਾਂ ਨੂੰ ਸਰਕਾਰ ਦਿੰਦੀ ਐ ਕਿ ਤੁਸੀਂ ਜਿਹੜਾ ਉਧਰੋਂ ਨੁਕਸਾਨ ਚ chalna ਹੈ ਤੁਹਾਡਾ ਇਧਰੋਂ ਪੂਤੀ ਕੀਤੀ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਹਰ ਰੋਜ਼ ਦੀ ਤਰ੍ਹਾਂ ਕੁਝ ਖਾਸ ਤੇ ਅਹਿਮ ਖਬਰਾਂ ਤੇ ਚਰਚਾ ਕਰਾਂਗੇ ਆਪਣੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਹੋਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਹੀਰ ਸਾਹਿਬ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਸਭੀਨ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੁੱਦੇ ਤੇ ਕਾਫੀ ਨੇ ਪਰ ਸਭ ਤੋਂ ਪਹਿਲਾਂ ਗੱਲ ਉਸ ਰੌਲੇ ਦੀ ਕਰੀਏ ਜਿਹੜਾ ਜ਼ਿਆਦਾ ਪੈ ਗਿਆ ਕੇਜਰੀਵਾਲ ਦਾ ਰੌਲਾ ਬਹੁਤ ਪੈ ਰਿਹਾ ਕਿ ਇਹ ਭਾਜਪਾ ਦਾ ਬੰਦਾ ਆ ਅੰਦਰਖਾਤ ਤੇ ਭਾਜਪਾ ਦੀ ਬੀ ਟੀਮ ਹੈ ਸੱਚ ਕਿੰਨਾ ਕੁ ਹੈ ਇਸ ਗੱਲ ਅਸਲ 'ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਤੋਂ ਅੰਦਾਜ਼ਾ ਲਾਉਣਾ ਪੈਂਦਾ ਹੈ ਕਿ ਕੀ ਹੋ ਰਿਹਾ ਹੈ ਬਿਹਾਈਂਡ ਦ ਸੀਨਸ ਕੀ ਵਾਪਰ ਰਿਹਾ ਹੈ ਪਰਦੇ ਪਿੱਛੇ ਕੀ ਹੈ ਇੱਕ ਸਪੀਚ ਕਰਦੇ ਹੋਏ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਉਹ ਗੱਲ ਕਰਦੇ ਨੇ ਕਿ ਮੇਰੇ ਕੋਲ ਇੱਕ ਬੁੱਢੀ ਬੇਬੇ ਆਈ ਤੇ ਉਹਨੇ ਹੌਲੀ ਜਿਹਾ ਮੇਰੇ ਕੰਨ 'ਚ ਕਿਹਾ ਬੇਟਾ ਅਯੁੱਧਿਆ ਦੇ ਬਾਰੇ ਸੁਣਿਆ ਤੇ ਮੈਂ ਕਿਹਾ ਹਾਂ ਅਯੁੱਧਿਆ ਬਾਰੇ ਜਾਣਦਾ ਹਾਂ ਉਹੀ ਅਯੁੱਧਿਆ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ ਉਸਨੇ ਕਿਹਾ ਹਾਂ ਉਹੀ ਅਯੁੱਧਿਆ ਤੁਸੀਂ ਕਦੇ ਗਏ ਹੋ ਉੱਥੇ ਉਹਨੇ ਕਿਹਾ ਹਾਂ ਮੈਂ ਗਿਆ ਰਾਮ ਜਨਮ ਭੂਮੀ ਜਾ ਕੇ ਬਹੁਤ ਸਕੂਨ ਮਿਲਦਾ ਹੈ ਤੇ ਉਸ ਔਰਤ ਨੇ ਫਿਰ ਔਰਤ ਦੀ ਗੱਲ ਨੂੰ ਅੱਗੇ ਕੰਟੀਨਿਊ ਕਰਦੇ ਕਹਿੰਦੇ ਨੇ ਕਿ ਮੈਂ ਬਹੁਤ ਗਰੀਬ ਹਾਂ ਗੁਜਰਾਤ ਦੇ ਪਿੰਡ ਚ ਰਹਿੰਦੀ ਹਾਂ ਤੇ ਅਯੁੱਧਿਆ ਜਾਣ ਦੀ ਮੇਰੀ ਬਹੁਤ ਇੱਛਾ ਹੈ ਤੇ ਮੈਂ ਫਿਰ ਉਸ ਨੂੰ ਕਿਹਾ ਬੇਬੇ ਜੀ ਤੁਹਾਨੂੰ ਅਯੁੱਧਿਆ ਜ਼ਰੂਰ ਭੇਜਾਂਗੇ ਏਅਰ ਕੰਡੀਸ਼ਨ ਰੀਅਲ ਗੱਡੀ ਚ ਭੇਜਾਂਗੇ ਤੇ ਏਸੀ ਹੋਟਲ ਦੇ ਵਿੱਚ ਤੁਹਾਨੂੰ ਠਹਿਰਾਵਾਂਗੇ ਤੇ ਤੁਸੀਂ ਇਹ ਕੰਮ ਕਰੋ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਗੁਜਰਾਤ ਦੇ ਵਿੱਚ ਪ੍ਰਮਾਤਮਾ ਅਰਦਾਸ ਕਰੋ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਨੇ ਜੀ ਤੀਰਥ ਸਥਾਨਾਂ ਦੀ ਯਾਤਰਾ ਵਾਸਤੇ ਕੇਜਰੀਵਾਲ ਕੁਝ ਐਲਾਨ ਕਰ ਰਹੇ ਨੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ 11 ਮਈ ਨੂੰ ਰਾਜਕੋਟ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਜਿਹੜੀਆਂ ਗੱਲਾਂ ਇਹ ਮੈਂ ਪਹਿਲਾਂ ਜਿਹੜੀਆਂ ਆਪ ਜੀ ਨੂੰ ਸੁਣਾਈਆਂ ਨੇ ਇਹ ਉੱਥੇ ਕੀਤੀਆਂ ਸੀ। ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਇੱਕ ਸਰਕਾਰ ਦੀ ਯੋਜਨਾ ਦਾ ਜ਼ਿਕਰ ਉਹਨਾਂ ਨੇ ਕੀਤਾ। ਹੁਣ ਕਿਹਾ ਕਿ ਇਸ ਯੋਜਨਾ ਤਹਿਤ ਅਸੀਂ ਦਿੱਲੀ ਦੇ ਸੀਨੀਅਰ ਨਾਗਰਿਕਾਂ ਤੇ ਬਜ਼ੁਰਗਾਂ ਨੂੰ ਮੁਫਤ ਤੀਰth ਯਾਤਰਾ ਕਰਵਾਵਾਂਗੇ। ਹਰ ਦੁਆਰ ઋਸ਼ੀਕੇਸ਼, ਸ਼ਿਰਡੀ ਸਾਈਂ ਬਾਬਾ, ਮਥੁਰਾ, ਬੰਦਾਵਨ, ਰਮੇਸ਼ਵਰ ਜੋ ਜੋਧਿਆ ਵਰਗੇ 12 ਤੋਂ ਵੱਧ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਪ੍ਰਬੰਧ ਸਾਡੇ ਕੋਲ ਹੈ। ਪਰ ਗੱਲ ਇਹ ਹੈ ਕਿ ਕੇਜਰੀਵਾਲ ਨੇ ਇਹਨਾਂ ਤੀਰਥ ਸਥਾਨਾਂ ਦੀ ਯਾਤਰਾ ਦੇ ਵਿੱਚ ਹੋਰ ਕਿਸੇ ਧਰਮ ਦੇ ਕਿਸੇ ਸਥਾਨ ਦਾ ਜ਼ਿਕਰ ਨਹੀਂ ਕੀਤਾ ਸਿਰਫ ਹਿੰਦੂਆਂ ਦੇ ਤੀਰਥ ਸਥਾਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਦੀ ਵੋਟ ਬੈਂਕ ਤੱਕ ਹਾਸਲ ਉਹਨਾਂ ਤੱਕ ਹੱਥ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਮਾਹਿਰਾਂ ਅਨੁਸਾਰ ਕੀਤੀ ਗਈ ਹੈ ਜੀ ਗੁਜਰਾਤ ਦੇ ਵਿੱਚ ਅਨੰਦੀਬੈਨ ਪਟੇਲ ਤੇ ਬਜੇਰਪਾਨੀ ਦੇ ਸਹਿਯੋਗ ਦੇ ਨਾਲ ਸਰਵੜ ਤੀਰਥ ਦਰਸ਼ਨ ਯੋਜਨਾ ਜਿਹੜੀ ਹੈ ਭਾਜਪਾ ਵੱਲੋਂ ਚਲਾਈ ਜਾ ਰਹੀ ਹੈ ਤੇ ਉਹ ਇਹਨਾਂ ਮ তীর্থਜਾਤਰੀਆਂ ਦੇ 50% ਦੇ ਖਰਚੇ ਨੂੰ ਚੁੱਕ ਲੈਂਦੀ ਹੈ। ਹੁਣ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੀਆਂ ਇਹਨਾਂ ਦੋਨਾਂ ਯੋਜਨਾਵਾਂ ਦੇ ਵਿੱਚ ਸਮਾਨਤਾ ਇਹ ਹੈ ਕਿ ਦੋਵਾਂ ਦੇ ਵਿੱਚ Hindu ਧਰਮਾਂ ਤੋਂ ਬਿਨਾਂ ਕਿਸੇ ਹੋਰ ਧਰਮ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸੋਮਨਾਥ ਮੰਦਿਰ ਤੇ ਵੀ ਕਈ ਗੇੜੇ ਲਾ ਕੇ ਆਏ ਨੇ। ਸੋਮਨਾਥ ਮੰਦਿਰ ਦੀ ਇੱਜ਼ਤ ਸਾਰਿਆਂ ਨੂੰ ਪਤਾ ਹੈ। ਜਦੋਂ ਭਾਜਪਾ ਪੂਰੇ ਭਾਰਤ ਦੇ ਵਿੱਚ ਸੰਘਰਸ਼ ਕਰ ਰਹੀ ਸੀ ਤੇ ਉਸ ਦਾ ਉੱਪਰਲੀ ਕੁਰਸੀ ਨੂੰ ਹੱਥ ਨਹੀਂ ਸੀ ਪਹਰਿਆ ਤੇ ਲੱਗਦਾ ਨਹੀਂ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚ ਸਕਣਗੇ ਵਿਰੋਧੀ ਧਿਰ ਤੋਂ ਵੀ ਦੂਰ ਪਹੁੰਚ ਗਏ ਸੀ ਜਦੋਂ ਜਨਤਾ ਪਾਲ ਦਾ ਉਭਾਰ ਹੋ ਗਿਆ ਸੀ ਤੇ ਸੋਮਨਾਥ ਮੰਦਿਰ ਤੋਂ ਯਾਤਰਾ ਕੱਢੀ ਸੀ ਲਾਲ ਕ੍ਰਿਸ਼ਨ ਅਡਵਾਨੀ ਨੇ ਰੱਥ ਯਾਤਰਾ ਉਸ ਤੋਂ ਬਾਅਦ ਦਾ ਸਾਰਾ ਕੁਝ ਇਤਿਹਾਸ ਹੈ ਵਿਰੋਧੀ ਧਿਰ ਦੇ ਵਿੱਚ ਆ ਇਤਲ ਬਿਹਾਰੀ ਬਾਜਪੀ ਦੀ ਸਰਕਾਰ ਵੀ ਬਣ ਗਈ ਤੇ ਹੁਣ ਤੁਹਾਨੂੰ ਪਤਾ ਕਿ ਨਰਿੰਦਰ ਮੋਦੀ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਨੇ 2021 ਦੇ ਦਿੱਲੀ ਦੇ ਬਜਟ ਦੇ ਵਿੱਚ ਦੇਸ਼ ਭਗਤੀ ਬਜਟ ਦਾ ਨਾਮ ਵੀ ਇੱਕ ਵਕਰਾ ਰੱਖਿਆ ਹੈ ਦੇਸ਼ ਭਗਤੀ ਦਾ ਇੱਕ ਸਿਲੇਬਸ ਸਕੂਲਾਂ ਦੇ ਵਿੱਚ ਚਲਾਉਣ ਦੀ ਗੱਲ ਵੀ ਕੀਤੀ ਹੈ ਹੁਣ ਜੇ ਇਹਨਾਂ ਗੱਲਾਂ ਦੀਆਂ ਹਕੀਕਤਾਂ ਨੂੰ ਧਿਆਨ ਵਿੱਚ ਰੱਖੀਏ ਤੇ ਜਿਹੜੇ ਮਾਹਿਰ ਤੇ ਵਿਸ਼ਲੇਸ਼ਕ ਕੋਈ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਹਾਰਡ ਕੋਰ ਹਿੰਦੂਤਵਾ ਨਹੀਂ ਬਲਕਿ ਸੌਫਟ ਹਿੰਦੂਤਵਾ ਵੱਲ ਵੱਧ ਰਹੀ ਹੈ ਜਿਸ ਨੂੰ ਸਹੀ ਮਨਾਂ ਦੇ ਵਿੱਚ ਭਾਜਪਾ ਦਾ ਹੀ ਇੱਕ ਮਾਰਕ ਜਿਹੜਾ ਹੈ ਜਾਂ ਭਾਜਪਾ ਦਾ ਰਸਤਾ ਹੀ ਮੰਨਿਆ ਜਾ ਸਕਦਾ ਹੈ। ਹੂੰ। ਦਿੱਲੀ ਦੇ ਮੁੱਖ ਮੰਤਰੀ ਬੰਦ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਪਣੇ ਭਾਸ਼ਣਾ ਦੀ ਸ਼ੁਰੂਆਤ ਭਾਰਤ ਮਾਤਾ ਕੀ ਜੈ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਕਰਦੇ ਸੀ। ਜੀ ਜੀ। ਜਦੋਂ ਦਿੱਲੀ ਦੇ ਮੁੱਖ ਮੰਤਰੀ ਹੈ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਭਾਸ਼ਣਾ ਦੇ ਵਿੱਚ ਵੰਦੇ ਮਾਤਰਮ ਦਾ ਲਫ਼ਜ਼ ਵੀ ਜੁੜ ਗਿਆ। ਆਜ਼ਾਦੀ ਦੇ ਪੂਰੇ ਸਾਲ 75 ਸਾਲ ਪੂਰੇ ਹੋਣ ਤੇ ਅੰਮ੍ਰਿਤ ਵਰਸ਼ ਆਯੋਜਨ ਉਹਨਾਂ ਨੇ ਕੀਤਾ ਨਰਿੰਦਰ ਮੋਦੀ ਨੇ ਹਰ ਘਰ ਤਿਰੰਗਾ ਲਾਉਣ ਦਾ ਪ੍ਰਸਤਾਵ ਜੋ ਇਸ ਵਾਰੀ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਵਿੱਚ ਤਿਰੰਗੇ ਵੰਡੇ ਨੇ ਗੁਜਰਾਤ ਦੇ ਸੂਰਤ ਦੇ ਵਿੱਚ ਭਾਜਪਾ ਨੇ ਤਿਰੰਗਾ ਯਾਤਰਾ ਕੱਢੀ ਤਾਂ ਕੇਜਰੀਵਾਲ ਨੇ ਉੱਥੇ ਤੇ ਹੀ ਮਿਰਸਾਦਾ ਖੇਤਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਹੈ ਹੁਣ ਸਿਆਸੀ ਵਿਸ਼ਲੇਸ਼ਕ ਕਿੱਥੇ ਫੇਰ ਕਹਿੰਦੇ ਨੇ ਕਿ ਰਵਾਇਤੀ ਤੌਰ ਤੇ ਭਾਜਪਾ ਦੀ ਜਿਹੜੀ ਸ਼ੈਲੀ ਹੈ ਨਾ ਇਹ ਇੱਕ ਰਾਸ਼ਟਰਵਾਦ ਦੇ ਮੁੱਦੇ ਨੂੰ ਲੈ ਕੇ ਚੱਲਦੀ ਹੈ ਤੇ ਯਾਤਰਾ ਮਾ ਕਡੋ ਲੋਕਾਂ ਨੂੰ ਦਿਖਾਓ ਆਹ ਕਰੋ ਤੇ ਆਮ ਆਦਮੀ ਪਾਰਟੀ ਵੀ ਉਸ ਤੋਂ ਬਹੁਤਾ ਪਿੱਛੇ ਜਾਪਦੀ ਨਹੀਂ ਕੇਜਰੀਵਾਲ ਨੇ ਆਪਣੇ 2016 ਦੇ ਵਿੱਚ ਸੋਮਨਾਥ ਮੰਦਰਾਂ ਦੇ ਯਾਤਰਾ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਤੱਕ ਉਹ ਕਈ ਵਾਰ ਹੁਣ ਤੱਕ ਜਾ ਚੁੱਕੇ ਨੇ ਉਹਨਾਂ ਦ్రాਕਸ਼ ਦੀਆਂ ਮਾਲਾ ਪਾ ਕੇ ਤੇ ਹੋਰ ਇਸ ਤਰ੍ਹਾਂ ਦੇ ਕਈ ਧਾਰਮਿਕ ਚਿੰਨ੍ਹ ਪਾ ਕੇ ਉਹਨੇ ਫੋਟੋਆਂ ਵੀ ਖਿਚਵਾਈਆਂ ਨੇ ਜੀ ਇਹਨਾਂ ਗੱਲਾਂ ਬਾਰੇ ਜਦੋਂ ਆਮ ਆਦਮੀ ਪਾਰਟੀ ਜਾਂ ਕੇਜਦੀਵਾਲ ਨੂੰ ਸਵਾਲ ਕੀਤੇ ਜਾਂਦੇ ਉਹ ਕਹਿੰਦੇ ਨੇ ਕਿ ਮੈਂ ਹਿੰਦੂ ਆ ਤੇ ਮੈਂ ਹਿੰਦੂ ਧਰਮ ਦੀਆਂ ਅਗਰ ਪੂਜਾ ਅਰਚਨਾਵਾਂ ਵਾਲੀਆਂ ਥਾਵਾਂ ਤੇ ਜਾਂਦਾ ਜੇ ਇਹੋ ਜਿਹਾ ਪ੍ਰਗਟਾਵੇ ਕਰਦਾ ਤੇ ਇਸ ਵਿੱਚ ਗਲਤ ਕੀ ਹੈ ਹੂੰ ਗਲਤ ਕੁਝ ਨਹੀਂ ਜਾਪਦਾ ਪਹਿਲੀ ਨਜ਼ਰੇ ਪਰ ਜੋ ਆਮ ਆਦਮੀ ਪਾਰਟੀ ਦਾ ਇੱਕ ਧਰਮ ਨਿਰਪੱਖ ਪਾਰਟੀ ਹੋਣ ਦਾ ਇੱਕ ਦਾਵਾ ਜਿਹੜਾ ਉਸ ਤੇ ਸਵਾਲੀਆ ਚਿੰਨੇ ਜਿਹੜੇ ਨੇ ਉਹ ਖੜੇ ਹੁੰਦੇ ਨੇ 2020 ਦੇ ਵਿੱਚ ਦਿੱਲੀ ਦੇ ਅਕਸ਼ਰਤਾ ਮੰਦਰ ਦੇ ਵਿੱਚ ਔਰ ਉਹਨਾਂ ਨੇ ਪਰਿਵਾਰ ਸਮੇਤ ਲక్ష్ਮੀ ਪੂਜਾ ਕੀਤੀ ਤੇ ਟੀਵੀ ਚੈਨਲਾਂ ਦੇ ਉੱਪਰ ਸਿੱਧਾ ਇਸ ਦਾ ਪ੍ਰਸਾਰਣ ਕੀਤਾ ਗਿਆ। ਔਰ ਇੱਕ ਪੱਤਰਕਾਰ ਜਿਹੜੇ ਨੇ ਸੀਨੀਅਰ ਪੱਤਰਕਾਰ ਉਹ ਲਿਖਦੇ ਨੇ ਕਿ ਜਿਵੇਂ ਜਿਵੇਂ ਚੋਣਾਂ ਦੀਆਂ ਤਰੀਕਾਂ ਨੇੜੇ ਆਉਂਦੀਆਂ ਜਾਂਦੀਆਂ ਨੇ ਕੇਜਰੀਵਾਲ ਦੀ ਧਾਰਮਿਕਤਾ ਜਿਹੜੀ ਹੈ ਉਹ ਜ਼ੋਰ ਫੜਨ ਲੱਗ ਪੈਂਦੀ ਹੈ। ਉਹਦ ਨੂੰ ਹਨੂਮਾਨ ਅਤੇ ਰਾਮ ਦੇ ਭਗਤ ਦੱਸਦੇ ਨੇ। ਤੇ ਇਸੇ ਤਰ੍ਹਾਂ ਹੁਣ ਗੁਜਰਾਤ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਫਿਰ ਇਸੇ ਲਈ ਤੇ ਚੱਲ ਪਏ ਬਲਕੀਸ਼ ਬਾਨੋ ਬੁਲਾਦਕਾਰ ਤੇ ਕਤਲਿਆਮ ਕੇਸ ਤੇ ਹੋਰ ਇਸ ਦੇ ਨਾਲ ਜੁੜੇ ਹੋਏ ਜਿਹੜੇ ਕੇਸ ਨੇ ਜਿਸ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਹੋਈ ਸੀ ਉਹਨਾਂ ਦਾ ਇੱਕ ਵਾਰ ਵੀ ਜ਼ਿਕਰ ਜਿਹੜਾ ਆਮ ਆਦਮੀ ਪਾਰਟੀ ਜਾਂ ਕਈ ਦੀਵਾਲ ਨੇ ਗੁਜਰਾਤ ਦੇ ਦੌਰਿਆਂ ਦਰਮਿਆਨ ਨਹੀਂ ਕੀਤਾ ਗੁਜਰਾਤ ਵਿੱਚ ਹੋਰ ਧਰਮਾਂ ਦੇ ਵੀ ਸਥਾਨ ਹੈ ਪਰ ਉਹਨਾਂ ਨਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੁਣ ਕੇਜਰੀਵਾਲ ਤੇ ਹਿੰਦਤਵਾ ਜਿਹੜੇ ਨੇ ਇਹ ਕੀ ਨਾਲ-ਨਾਲ ਨੇ ਜੇ ਅਸੀਂ ਇਸ ਨੂੰ ਇਹਵੇਂ ਮੰਨੀਏ ਕਿ ਕੇਜਰੀਵਾਲ ਮੋਦੀ ਤੇ ਭਾਜਪਾ ਦੀ ਹਮੇਸ਼ਾ ਆਲੋਚਨਾ ਕਰਦੇ ਵੇਖੇ ਗਏ ਨੇ ਪਰ ਕਦੇ ਆਰਐਸਐਸ ਦਾ ਉਹਨਾਂ ਨੇ ਨਾਮ ਨਹੀਂ ਲਿਆ ਹੁਣ ਇੱਕ ਇੱਕ ਸੀਨੀਅਰ ਪੱਤਰਕਾਰ ਇੱਕ ਹੋਰ ਨੇ ਉਹਨਾਂ ਦਾ ਇੱਕ ਅਖਬਾਰ ਦੇ ਹਵਾਲੇ ਨਾਲ ਮੈਂ ਕੋਟੇਸ਼ਨ ਆਪਕੀ ਨਾਲ ਸਾਂਝੀ ਕਰਨੀ ਚਾਹੁੰਦਾ ਸ਼ਰਵਣ ਗਰਗ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਨਹੀਂ ਬਲਕਿ ਆਰਐਸਐਸ ਦੀ ਬੀ ਟੀਮ ਹੈ ਸੀਨੀਅਰ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਤੋਂ ਇਲਾਵਾ ਸੀਨੀਅਰ ਵਕੀਲ ਪ੍ਰਸ਼ਾਂਤ ਪੂਸ਼ਣ ਜਿਹੜੇ ਨੇ ਉਹ ਕੇਜਰੀਵਾਲ ਦੇ ਸਾਥੀ ਵੀ ਰਹੇ ਨੇ ਸਵਰਾਜ ਵਿਹਾਨ ਤੋਂ ਪਹਿਲਾਂ ਦੀਆਂ ਗੱਲਾਂ ਜਦੋਂ ਅੰਨਾ ਹਜ਼ਾਰੇ ਅੰਦੋਲਨ ਚੱਲ ਰਿਹਾ ਸੀ ਉਹਨਾਂ ਨੇ ਪਿਛਲੇ ਸਾਲ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਕੋਈ ਇੱਕ ਖਾਸ ਵਿਸ਼ੇਸ਼ ਵਿਚਾਰਧਾਰਾ ਨਹੀਂ ਹੈ ਜਿਸ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਬਲਕਿ ਉਹ ਇਹ ਸੋਚਦੇ ਨੇ ਕਿ ਜਿਸ ਕੰਮ ਨਾਲ ਸਾਨੂੰ ਵੱਧ ਵੋਟਾਂ ਪੈ ਸਕਦੀਆਂ ਨੇ ਉਹ ਹੀ ਕੰਮ ਕੀਤਾ ਜਾਵੇ। ਤੇ ਇਹ ਇਸ ਵੇਲੇ ਵਿਚਾਰਧਾਰਕ ਜਿਹੜਾ ਨੁਕਤਾ ਹੈ ਉਹ ਸੌਫਟ ਹਿੰਦੂਤਵਾ ਵੱਲ ਨੂੰ ਲੈ ਕੇ ਜਾ ਰਿਹਾ। ਹੁਣ ਕੇਜਰੀਵਾਲ ਇਸ ਗੱਲ ਨੂੰ ਕਿਵੇਂ ਕਲੀਅਰ ਕਰਦੇ ਨੇ? ਗੁਜਰਾਤ ਦੰਗਿਆਂ ਬਾਰੇ ਤੇ ਬਲਕੀਸ ਬਨੋ ਦੇ ਮਾਮਲੇ ਤੇ ਚੁੱਪ ਨੇ। ਗੁਆਹ ਦੇ ਵਿੱਚ ਹਾਲਾਂਕਿ ਜਿਹੜੀ ਉਹਨਾਂ ਨੇ ਯਾਤਰਾਵਾਂ ਦੀ ਗੱਲ ਕੀਤੀ ਸੀ ਉੱਥੇ ਇਸਾਈ ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਵੀ ਬਹੁਤ ਹੈ। ਉਹਨਾਂ ਦੇ ਹਿਸਾਬ ਨਾਲ ਉੱਥੇ ਉਹਨਾਂ ਨੇ ਗੱਲਾਂ ਕੀਤੀਆਂ ਸਨ। ਪਰ ਇਸ ਤੋਂ ਵੱਧ ਕੁਝ ਨਹੀਂ 2014 ਦੇ ਵਿੱਚ ਕੇਜਰੀਵਾਲ ਕਹਿੰਦੇ ਹੁੰਦੇ ਸੀ ਕਿ ਫਿਰਕਾ ਪ੍ਰਸਤੀ ਭ੍ਰਿਸ਼ਟਾਚਾਰ ਤੋਂ ਬਡੇਰੇ ਖਤਰਨਾਕ ਹੈ ਜੀ ਪਰ ਅੱਜ ਉਹ ਧਾਰਮਿਕ ਬੁੱਧਿਆ ਤੇ ਖੁੱਲ ਕੇ ਗੱਲ ਕਰ ਰਹੇ ਨੇ ਹੁਣ ਇੱਕ ਹੋਰ ਜਿਹੜੀ ਪਿਛਲੇ ਦਿਨਾਂ ਵਿੱਚ ਗੱਲ ਹੋਈ ਹੈ ਦਿੱਲੀ ਦੇ ਵਿੱਚ ਉਹਨਾਂ ਦੇ ਇੱਕ ਮੰਤਰੀ ਰਜਿੰਦਰਪਾਲ ਗੌਤਮ ਨੇ ਅਸਤੀਫਾ ਦੇ ਦਿੱਤਾ ਰਜਿੰਦਰਪਾਲ ਗੌਤਮ ਜਿਹੜੇ ਨੇ ਉਹ ਅੰਬੇਦਕਰਵਾਦੀ ਦਲਿਤ ਆਗੂ ਨੇ ਤੇ ਉਹਨਾਂ ਨੇ ਬੁੱਧ ਧਰਮ ਨੂੰ اختیار ਜਿਹੜਾ ਉਹ ਕੀਤਾ। ਬੁੱਧ ਧਰਮ ਦੇ ਫਾਲੋਅਰ ਹੋਣ ਦੇ ਨਾਤੇ ਇੱਕ ਸਮਾਗਮ ਜਿਸ ਦੇ ਵਿੱਚ ਹਜ਼ਾਰਾਂ ਲੋਕ ਦਿੱਲੀ ਚ ਇਕੱਠੇ ਹੋਏ। ਉਹਨਾਂ ਨੇ ਧਿਕਸ਼ਾਵਾਂ ਲਈਆਂ। ਉਹ ਧਿਕਸ਼ਾਵਾਂ ਕਿਹੜੀਆਂ ਸੀ? ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਉਹੀ ਨੇ ਜੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਆਜ਼ਾਦੀ ਤੋਂ ਬਾਅਦ ਲਈਆਂ ਸੀ। 22 ਧਿਕਸ਼ਾਵਾਂ ਨੇ ਜਿਸ ਵਿੱਚ ਹਿੰਦੂ ਦੇਵੀ ਦੇਵਤਿਆਂ ਨੂੰ ਅਵਤਾਰਾਂ ਨੂੰ ਨਾ ਮੰਨਣ ਦੀ ਗੱਲ ਕਰਕੇ ਬੁੱਧ ਧਰਮ ਨੂੰ ਅਪਣਾਉਣ ਦੀ ਗੱਲ ਕੀਤੀ ਗਈ ਹੈ ਬਹੁਤ ਸਾਰੀਆਂ ਬਰੀਕ-ਬਰੀਕ ਗੱਲਾਂ ਨੇ ਉਸ ਦੇ ਵਿੱਚ ਜੇ ਮੈਂ 2-4 ਉਸ ਦੇ ਵਿੱਚੋਂ ਮੁੱਖ ਜਿਹੜੀਆਂ ਨੇ ਗਿਣਨੀਆਂ ਹੋਣ ਡਾਕਟਰ ਬੀ ਆਰ ਅੰਬੇਦਕਰ ਦੀਆਂ 22 ਪ੍ਰਤੀਕਿਆਵਾਂ ਦੇ ਵਿੱਚੋਂ 22 ਵਾਅਦੇ ਮੈਂ ਬ੍ਰਹਮਾ ਵਿਸ਼ਨੂ ਤੇ ਮਹੇਸ਼ ਵਿੱਚ ਵਿਸ਼ਵਾਸ ਨਹੀਂ ਕਰਦਾ ਤੇ ਨਾ ਮੈਂ ਉਹਦੀ ਪੂਜਾ ਕਰਾਂਗਾ ਨਾ ਮੈਂ ਰਾਮ ਕ੍ਰਿਸ਼ਨ ਜੋ ਭਗਵਾਨ ਦੇ ਅਵਤਾਰ ਮੰਨੇ ਜਾਂਦੇ ਨੇ ਵਿੱਚ ਕੋਈ ਵਿਸ਼ਵਾਸ ਰੱਖਾਂਗਾ ਤੇ ਨਾ ਮੈਂ ਉਹਨਾਂ ਦੀ ਪੂਜਾ ਕਰਾਂਗਾ ਮੈਂ ਗੋਰੀ ਗਣਪਤੀ ਤੇ ਹਿੰਦੂਆਂ ਦੇ ਹੋਰ ਦੇਵੀ ਦੇਵਤਿਆਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਾਂਗਾ ਤੇ ਨਾ ਮੈਂ ਉਹਨਾਂ ਦੀ ਪੂਜਾ ਕਰਾਂਗਾ ਤੇ ਨਾ ਮੈਂ ਭਗਵਾਨ ਦੇ ਅਵਤਾਰ ਵਿੱਚ ਵਿਸ਼ਵਾਸ ਰੱਖਦਾ ਹਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਮੈਂ ਆ ਨਹੀਂ ਕਰਾਂਗਾ ਸ਼ਰਾਬ ਤੇ ਨਸ਼ੇ ਨਹੀਂ ਕਰਾਂਗਾ ਮੈਂ ਆ ਨਹੀਂ ਕਰਾਂਗਾ ਝੂਠ ਨਹੀਂ ਬੋਲਾਂਗਾ ਮੇਰਾ ਨਵਾਂ ਜਨਮ ਹੋ ਰਿਹਾ ਉਹ ਬੱਕਰੀਆਂ ਪਰ ਉਸ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਜਾਂ ਕੇਜਰੀਵਾਲ ਨੇ ਅਸਤੀਫਾ ਲੈ ਲਿਆ ਜਦੋਂ ਉਹ ਇਸ ਪ੍ਰਤੀਗਿਆ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਭਾਜਪਾ ਵਾਲੇ ਉਹਨਾਂ ਤੇ ਖਿਲਾਫ ਮੋਰਚਾ ਖੋਲ੍ਹ ਲੈਂਦੇ ਨੇ ਅਰਵਿੰਦ ਕੇਜਰੀ ਦੇ ਖਿਲਾਫ ਵੀ ਖੋਲ੍ਹ ਲੈਂਦੇ ਨੇ ਕਿ ਤੁਸੀਂ ਹਿੰਦੂ ਵਿਰੋਧੀ ਹੋ ਤੁਸੀਂ ਜਿਹੜਾ ਬੰਦਾ ਆਪਣੇ ਮੰਤਰੀ ਮੰਡਲ ਚ ਰੱਖਿਆ ਹੋਇਆ ਉਹ ਰਜਿੰਦਰਪਾਲ ਗੋਤਮ ਭਾਵੇਂ ਚੁੱਪ ਕਰਕੇ ਅਸਤੀਫਾ ਦੇ ਦਿੰਦ ਨੇ ਪਰ ਜਦੋਂ ਅੰਦਰ ਬਾੜ ਕੇ ਤੁਹਾਡਾ ਮੁੱਖ ਮੰਤਰੀ ਤੇ ਨੈਸ਼ਨਲ ਕਨਵੀਨਰ ਤੁਹਾਨੂੰ ਇਹ ਕਹਿ ਦੇਵੇ ਕਿ ਲਿਆ ਭਾਈ ਅਸਤੀਫਾ ਲਿਆ ਔਰੇ ਸਾਨੂੰ ਨਹੀਂ ਤੇਰੀ ਲੋੜ ਤੇ ਫਿਰ ਉਸਨੇ ਬਾਹਰ ਨਿਕਲ ਕੇ ਕਹਿਣਾ ਵੀ ਕੀ ਆ ਹੋਰ ਗੱਲ ਤੇ ਇਹੋ ਹੀ ਹੋਈ ਹੈ ਹੋਰ ਕੁਝ ਨਹੀਂ ਹੋਇਆ ਹੋਰ ਕੋਈ ਸਤੇ ਪ੍ਰਸ਼ਟਾਚਾਰ ਦਾ ਇਲਜ਼ਾਮ ਨਹੀਂ ਹੈ ਕੁਝ ਨਹੀਂ ਹੈ ਪਰ ਜੇ ਇਸ ਕਰਕੇ ਲਿਆ ਗਿਆ ਤੇ ਕੀ ਦੀ ਵਾਲਦਾ ਸਟੈਂਡ ਇਥੋਂ ਕਾਫੀ ਹੱਦ ਤੱਕ ਕਲੀਅਰ ਹੁੰਦਾ ਜਾਪਦਾ ਹੈ ਕਿ ਕਿਹੜੀਆਂ ਲਾਈਨਸ ਤੇ ਸੋਚ ਰਹੇ ਨੇ ਜੀ ਹੁਣ ਇਹ ਜਦੋਂ ਰਜਿੰਦਰਪਾਲ ਗੋਤਮ ਦਾ ਅਸਤੀਫਾ ਲੈ ਲਿਆ ਗਿਆ ਤੇ ਇਹ ਇੱਕ ਖਾਸ ਫਿਰਕੇ ਨੂੰ ਸੰਦੇਸ਼ ਦਿੱਤਾ ਗਿਆ ਕਿ ਆ ਦੇਖੋ ਜਿਹੜਾ ਭਾਈ ਜਿਹੜਾ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਜਾਵੇਗਾ ਸਾਡਾ ਕੁਝ ਨਹੀਂ ਲੱਗਦਾ ਤੇ ਇਸ ਕੋਲੋਂ ਫਿਰ ਅਸੀਂ ਆ ਜਿਹੜੀ ਸਹੂਲਤ ਇਹਨੂੰ ਦਿੱਤੀ ਹੋਈ ਹੈ ਅਹੁਦਾ ਦਿੱਤਾ ਵਾਪਸ ਲੈ ਰਹੇ ਹਾਂ ਜੀ ਉਹ ਲੈ ਲਿਆ ਗਿਆ ਉਹ ਰਜਿੰਦਰਪਾਲ ਗੌਤਮ ਦਾ ਇਹ ਘਟਨਾਕ੍ਰਮ ਛੋਟਾ ਨਹੀਂ ਹੈ ਜੇ ਮੈਂ ਆਪਣੇ ਤੌਰ ਤੇ ਇਸ ਨੂੰ ਵੇਖਾਂ ਉਹ ਇਸ ਕਰਕੇ ਕਿ ਇਹ ਉਹੀ ਵਾਅਦ ਨੇ ਜਿਹੜੀਆਂ ਡਾਕਟਰ ਸਬਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਨੇ ਲਈਆਂ ਹੋਈਆਂ ਸੀ ਤੇ ਹੋਰ ਅਨੇਕਾਂ ਨੇ ਪਤਾ ਨਹੀਂ ਕਿੰਨੇ ਲਈਆਂ ਹੋਈਆਂ ਨੇ ਕੀ ਉਹ ਗੈਰ ਸਬਧਾਨਕ ਪ੍ਰਤੀਜ्ञਾਵਾਂ ਨੇ ਕੀ ਉਹ ਗੈਰ ਕਾਨੂੰਨੀ ਨੇ ਕੇਸ ਦਰਜ ਕਰਨ ਦੀ ਗੱਲ ਵੀ ਹੋਈ ਸੀ ਰਜਿੰਦਰਪਾਲ ਗੌਤਮ ਤੇ ਉਹ ਹੋਇਆ ਜਾਂ ਨਹੀਂ ਹੋਇਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਕੀ ਉਹ ਭਾਜਪਾ ਵਿੱਚ ਜਾਣਗੇ ਹੋ ਇਹ ਸਾਰੀਆਂ ਗੱਲਾਂ ਰਾਜਨੀਤਿਕ ਇੱਕ ਸਿਸਟਮ ਵੱਲ ਇਸ਼ਾਰਾ ਕਰਦੀਆਂ ਨੇ ਪਰ ਇਹ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੈ ਸਕਦਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਨੂੰ ਜਿਓ ਵਾਜਬ ਸਮਝਣ ਤਾਂ ਜੇ ਭਾਈ ਤੁਸੀਂ ਬਜਾਰਟੀ ਦੇ ਪੱਖ ਦੀ ਗੱਲ ਕਰ ਰਹੇ ਹੋ ਤੇ ਫਿਰ ਤੁਹਾਨੂੰ ਸਵਾਲ ਪੁੱਛਣ ਵਾਲਾ ਕੌਣ ਹੈ ਤੇ ਵੈਸੇ ਹੀ ਅੱਜਕੱਲ ਸਿਸਟਮ ਇਹੋ ਜਿਹਾ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ ਭਾਰਤ ਵਿੱਚ ਕੋਈ ਵੱਖਰਾ ਨਹੀਂ ਹੈ ਕਿ ਰਾਈਟ ਵਿੰਗ ਜਿਹੜੀਆਂ ਸੋਚਾਂ ਨੇ ਉਹ ਭਾਰੂ ਨੇ ਤੇ ਇਸੇ ਸਿਸਟਮ ਦੇ ਤਹਿਤ ਅਰਵਿੰਦ ਕੇਰੀਵਾਲ ਵੀ ਉਸੇ ਲਾਈਨ ਤੇ ਚੱਲੇ ਹੋਏ ਨੇ ਕੋਈ ਉਹਨਾਂ ਦੇ ਖਿਲਾਫ ਗੱਲ ਨਹੀਂ ਹੈ ਕੋਈ ਉਹਨਾਂ ਦੇ ਕਿ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਨੇ ਕਿਸੇ ਖਾਸ ਕਿਸਮ ਦੇ ਦੰਗਿਆਂ ਨੂੰ ਜਾਂ ਕਿਸੇ ਖਾਸ ਫਿਰਕੇ ਨੂੰ ਕਿਤੇ ਪੜਕਾਉਣ ਦਾ ਯਤਨ ਕੀਤਾ ਹੋਵੇ ਬਸ ਜਸ ਵੋਟਾਂ ਦੀ ਰਾਜਨੀਤੀ ਤੇ ਵਿਸ਼ਲੇਸ਼ਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਆਹ ਖਾਸ ਗੱਲਾਂ ਦਾ ਖਿਆਲ ਰੱਖੋ ਭਾਈ ਇਹ ਵੀ ਉਧਰ ਨੂੰ ਮੋੜ ਕੱਟਦੇ ਜਾ ਰਹੇ ਨੇ ਜੀ ਫਿਰ ਸਭ ਹੁਣ ਗੱਲ ਕਰ ਲਈਏ ਗੁੰਮਨਾਮ ਚਿੱਠੀਆਂ ਦੀ ਪਰ ਉਸ ਤੋਂ ਪਹਿਲਾਂ ਲੈ ਲਈਏ ਇੱਕ ਛੋਟਾ ਜਿਹਾ ਬ੍ਰੇਕ ਜਲਦ ਹਾਜ਼ਰ ਹੋਣਗੇ ਇੱਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਫਿਰ ਸਭ ਸੌਦਾ ਸਾਦ ਰਾਮ ਰਹੀਮ ਦੀ ਗੱਲ ਕਰਦੇ ਹਾਂ। ਕੋਈ ਸਮਾਂ ਸੀ ਜਦੋਂ ਉਹਦੇ ਪੈਰਾਂ 'ਚ ਵੱਡੇ ਵੱਡੇ ਕਹਿੰਦੇ ਕਹਾਉਂਦੇ ਲੀਡਰ ਬੈੰਦੇ ਹੁੰਦੇ ਸੀ। ਉਹ ਉੱਚਾ ਹੋ ਕੇ ਬੈੰਦਾ ਸੀ ਤੇ ਵੱਡੇ ਵੱਡੇ ਸਿਆਸਤਦਾਨ ਨੀਵੇਂ ਹੋ ਕੇ ਬੈੰਦੇ ਸੀ। ਫਿਰ 20 ਕੁ ਸਾਲ ਪਹਿਲਾਂ ਇੱਕ ਗੁੰਮਨਾਮ ਚਿੱਠੀ ਆਈ ਤੇ ਉਹਨੇ ਬਾਦਸ਼ਾਹ ਤੋਂ ਬਾਦਸ਼ਾਹ ਬਣੇ ਰਾਮ ਰਹੀਮ ਨੂੰ ਜੇਲ੍ਹ ਹਲ ਤੱਕ ਦਾ ਹੁਣ ਫੇਰ ਇੱਕ ਚਿੱਠੀ ਦਾ ਰੌਲਾ ਪੈ ਰਿਹਾ ਕਿਹਦੀ ਚਿੱਠੀ ਆ ਕਿਹਦੇ ਨਾਮ ਤੇ ਆਈ ਹੈ ਤੇ ਕੀ ਹੈ ਜੀ ਪੂਰਾ ਮਾਮਲਾ ਸੁਬ린 ਤੁਸੀਂ ਠੀਕ ਆਖਿਆ ਕਿ ਇੱਕ ਗੁੰਮਨਾਮ ਚਿੱਠੀ ਆਈ ਤੇ ਉਸਨੇ ਰਾਮ ਰਹੀਮ ਨੂੰ ਜੇਲ੍ਹਾਂ ਵੱਲ ਧੱਕਣ ਵਿੱਚ ਪਹਿਲਾ ਕਦਮ ਜਿਹੜਾ ਸੀ ਉਸਦੇ ਨਾਲ ਪੁੱਟਿਆ ਗਿਆ ਕੋਈ ਹੈ ਕਿ ਰਾਮ ਰਹੀਮ ਦੀ ਥੋੜੀ ਜੀ ਗੱਲ ਕਰ ਲਈਏ ਕਿ ਅਟਲ ਵਿਹਾਰੀ ਬਾਜਪਈ ਨੂੰ ਉਸ ਵੇਲੇ ਇੱਕ ਸਾਧਵੀ ਵੱਲੋਂ ਜੋ ਧੱਕੇ ਨਾਲ ਬਣਾਈ ਗਈ ਸਾਧਵੀ ਸੀ ਉਸਨੇ ਆਪਣੇ शोषण ਦੀ ਚਿੱਠੀ ਜਿਹੜੀ ਹੈ ਉਹ स्केथिंग ਲੈਟਰ ਇੱਕ ਕਿਸਮ ਦੀ ਉਹ ਲਿਖੀ ਬੜੀ ਡੀਟੇਲ ਲਿਖੀ ਗਈ ਉਸ ਦੇ ਵਿੱਚ ਟਰੌਂਗ ਟੇ ਖੜੇ ਕਰਨ ਵਾਲੀ ਉਹ ਉਸ ਵੇਲੇ ਜਨਤਕ ਤਾਂ ਨਹੀਂ ਹੁੰਦੀ ਪਰ ਜਨਤਕ ਉਸ ਨੂੰ ਕਰਦਾ ਇੱਕ ਲੋਕਲ ਅਖਬਾਰ ਦਾ ਇੱਕ ਬੜਾ ਜਾਣਿਆ ਪਛਾਣਿਆ ਪੱਤਰਕਾਰ ਰਾਮਚੰਦਰ ਛਤਰਪਤੀ ਉਹ ਆਪਣੀ ਅਖਬਾਰ ਦੇ ਵਿੱਚ ਉਸ ਨੂੰ ਸ਼ਾਪ ਦਿੰਦਾ ਹੈ ਤੇ ਰਾਮਚੰਦਰ ਛਤਰਪਤੀ ਦੇ ਨਾਲ ਇੱਕ ਹੋਰ ਡੇਰਾ ਮੈਨੇਜਰ ਦਾ ਵੀ ਨਾਮ ਜੁੜ ਜਾਂਦਾ ਹੈ ਕਿ ਉਸਨੇ ਸ਼ਾਇਦ ਇਹ ਜਾਣਕਾਰੀ ਕਿਤੇ ਲੀਕ ਕੀਤੀ ਹੋਵੇ। ਦੋਵਾਂ ਦਾ ਕਤਲ ਹੋ ਜਾਂਦਾ ਰਾਮਚੰਦਰ ਛਤਰਪਤੀ ਦਾ ਵੀ ਤੇ ਡੇਰਾ ਮੈਨੇਜਰ ਦਾ ਵੀ। ਦੋਵਾਂ ਦੇ ਕੇਸ ਦੇ ਵਿੱਚ ਰਾਮ ਰਹੀਮ ਇਸ ਵਿਲੇਜ ਵੱਖਰੀ ਸਜ਼ਾ ਭੁਗਤ ਰਿਹਾ ਹੈ ਸਾਧਵੀਆਂ ਦੇ ਸ਼ੋਸ਼ਣ ਤੇ ਬਲਾਤਕਾਰ ਦੇ ਕੇਸ ਦੇ ਵਿੱਚ ਵੱਖਰੀ ਸਜ਼ਾ ਭੁਗਤ ਰਿਹਾ। ਪਰ ਅਜੇ ਵੀ ਉਸ ਕੋਲ ਜੈਡ ਸਿਕਿਉਰਟੀ ਹੈ ਜਾਂ ਜੈਡ ਪਲੱਸ ਹੈ। ਹੈਲੀਕਾਪਟਰ ਦੇ ਵਿੱਚ ਜਨਾਬ ਹੁਣੇ ਜੇਲ੍ਹ ਜਾਂਦੇ ਨੇ ਤੇ ਸਹੂਲਤਾਂ ਉਹਨਾਂ ਨੂੰ ਕਾਫੀ ਮਿਲੀਆਂ। ਔਰ ਇਸ ਤਰ੍ਹਾਂ ਦਾ ਪ੍ਰਬੰਧ ਸੀ ਤੁਸੀਂ ਆਖਿਆ ਕਿ ਪੈਰਾਂ ਵਿੱਚ ਬੈਠਦੇ ਸੀ ਜੇ ਯਕੀਨ ਕਰੋ ਤੇ ਅੱਜ ਵੀ ਕਈ ਲੋਕੋਨਾਂ ਦੇ ਪੈਰਾਂ ਵਿੱਚ ਬੈਠਣ ਨੂੰ ਤਿਆਰ ਨੇ ਕਿਉਂਕਿ ਫਾਲੋਅਰ ਨੇ ਵੋਟ ਬੈਂਕ ਹੈ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਅਸੀਂ ਵੋਟਾਂ ਦੀ ਗੱਲ ਕਰ ਰਹੇ ਸੀ ਤੇ ਇਹ ਅੱਜ ਕਿਹੜਾ ਖਤਮ ਹੋ ਗਿਆ ਅੱਜ ਵੀ ਚੱਲ ਰਿਹਾ ਹੁਣ ਪਰਤਾਂ ਜਦੋਂ ਖੁੱਲਦੀਆਂ ਨੇ ਤੇ ਫਿਰ ਉਹ ਬਾਜਪੀ ਨੂੰ ਜਿਹੜੀ ਚਿੱਠੀ ਜਾਂਦੀ ਆ ਉਸ ਤੋਂ ਬਾਅਦ ਫਿਰ ਕੇਸ ਫਾਰਪੋਟ ਹੁੰਦਾ ਹੈ ਵੱਡੀਆਂ ਏਜੰਸੀਆਂ ਨੂੰ ਫਿਰ ਜਦੋਂ ਇੱਕ ਲੈਵਲ ਤੋਂ ਗੱਲ ਤਾਂ ਨਿਕਲ ਜਾਂਦੀ ਹੈ ਤੇ ਫਿਰ ਉਸ ਨੂੰ ਤੁਸੀਂ ਲੋਕਲ ਲੈਵਲ ਤੇ ਥਾਣਿਆਂ ਵਿੱਚ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਹੱਲ ਨਹੀਂ ਕਰ ਸਕਦੇ ਫਿਰ ਤੁਹਾਨੂੰ ਉਸ ਹਿਸਾਬ ਨਾਲ ਦੇਖਣਾ ਪੈਂਦਾ ਹੈ ਕਿ ਕੀ ਹੋ ਰਿਹਾ ਇੱਥੇ ਖੈਰ ਉਹ ਵੇਖਿਆ ਗਿਆ ਤੇ ਉਹ ਜੇਲ੍ਹਾਂ ਦੇ ਪਿੱਛੇ ਆ ਤੇ ਪਤਾ ਨਹੀਂ ਕਿੰਨੀਆਂ ਕੋਮਰ ਕੈਦਾਂ ਉਸ ਨੂੰ ਹੋਈਆਂ ਹੋਈਆਂ ਹਰਿਆਣੇ ਦੇ ਵਿੱਚ ਇਸ ਘਟਨਾ ਕ੍ਰਮ ਨੂੰ ਲੈ ਕੇ ਵੱਡਾ ਉਥਲ-ਪੁਥਲ ਹੋਇਆ ਬਹੁਤੇ ਲੋਕਾਂ ਨੇ ਜਾਨਾਂ ਵੀ ਗਵਾਈਆਂ ਪਚਕੂਲਾ ਵਿੱਚ ਜਿਸ ਦਿਨ ਸਜ਼ਾ ਸੁਣਾਈ ਜਾਂਦੀ ਆ ਰਾਮ ਰੇਵ ਨੂੰ ਪਰ ਹੁਣ ਇੱਕ ਹੋਰ ਜਿਹੜਾ ਚਿੱਠੀਆਂ ਦਾ ਕੇਸ ਜਿਹੜਾ ਸਾਹਮਣੇ ਆ ਰਿਹਾ ਉਹ ਚਿੱਠੀ ਇੱਕ ਨਹੀਂ ਹੈ ਚਿੱਠੀਆਂ 2-3 ਨੇ ਹਰਿਆਣੇ ਦੇ ਡੀਜੀਪੀ ਨੂੰ ਵੀ ਲਿਖੀ ਗਈ ਹੈ ਸੀਬੀਆਈ ਨੂੰ ਵੀ ਲਿਖੀ ਗਈ ਹੈ ਹੋਰ ਵੱਡੇ ਆਗੂਨ ਵੀ ਚਿੱਠੀਆਂ ਉਹ ਲਿਖੀਆਂ ਗਈਆਂ ਨੇ ਟਿਕਟੌਕ ਸਟਾਰ ਸੁਨੋਲੀ ਫਰਗਾਟ ਜੋ ਭਾਤੀ ਜਤਾ ਪਾਰਟੀ ਦੀ ਆਗੂ ਵੀ ਸੀ ਉਸ ਦੀ ਗੁਆ ਵਿੱਚ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਕਿਸ ਨੂੰ ਇਹ ਕਰਕੇ ਗੱਲ ਨੂੰ ਮੁਕਾ ਦੇਣਗੇ। ਸਾਡਾ ਸਿਸਟਮ ਸਾਡੇ ਸਮਾਜਿਕ ਸਿਸਟਮ ਦੇ ਵਿੱਚ ਕਈ ਵਾਰੀ ਕੁਝ ਗੱਲਾਂ ਦੀ ਐਕਸੈਪਟੈਂਸ ਬੜੀ ਅਜੀਬ ਜਿਹੀ ਹੁੰਦੀ ਹੈ। ਜੀ ਜੀ। ਸਮਝ ਨਹੀਂ ਆਉਂਦੀ ਕਈ ਵਾਰ ਕਿ ਇਹ ਕਿਸ ਤਰੀਕੇ ਨਾਲ ਟ੍ਰੀਟ ਕਰ ਰਹੇ ਅਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਹੁਣ ਗੱਲ ਇਹ ਆ ਕਿ ਸੁਨਾਲੀ ਫੁਗਾੜ ਦਾ ਲਾਈਫਸਟਾਈਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀ ਉਸ ਗੱਲ ਨੂੰ ਜ਼ਿਆਦਾ ਜਿਹੜਾ ਖੋਖਿਆ ਪਰਖਿਆ ਜਾਂਦਾ ਬਜਾਏ ਇਸ ਦੇ ਕਿ ਉਸ ਦੇ ਨਾਲ ਹੋਇਆ ਕੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਅੱਜ ਉਸਦੀ ਛੋਟੀ ਜਿਹੀ ਬੱਚੀ ਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਪਹਿਲੀ ਤੇ ਹੈਰਾਨੀ ਇਸ ਗੱਲ ਦੀ ਆ ਕਿ ਲੋਕਲ ਲੈਵਲ ਦੀ ਪੁਲਿਸ ਤੇ ਸਾਡਾ ਸਿਸਟਮ ਕਿਉਂ ਜਿਆ ਹੁੰਦਾ ਸੁਨਾਲੀ ਫੁਗਾੜ ਦੀ ਅੱਜ ਮੌਤ ਹੁੰਦੀ ਆ ਤੇ ਅਗਲੇ ਦਿਨ ਜਿਹੜਾ 24 ਘੰਟੇ ਦੇ ਅੰਦਰ ਅੰਦਰ ਐਲਾਨ ਹੋ ਜਾਂਦਾ ਕਿ ਹਾਰਟ ਅਟੈਕ ਨਾਲ ਉਸ ਦੀ ਮੌਤ ਹੋਈ ਆ ਪੋਸਟਮਾਰਟਮ ਵੀ ਹੋ ਜਾਂਦਾ ਤੇ ਫਾਈਲ ਜਿਹੜੀ ਆ ਖੁਰਦ-ਬੁਰਦ ਕਰਨ ਦੀਆਂ ਤਿਆਰੀਆਂ ਥਾਣਿਆਂ ਦੇ ਵਿੱਚ ਹੋ ਜਾਂਦੀਆਂ ਗੁਆ ਦੇ ਵਿੱਚ ਗੁਆ ਚ ਉਸ ਦੀ ਮੌਤ ਹੋਈ ਸੀ ਜੀ ਪਰਿਵਾਰ ਉਸ ਦਾ ਮਗਰ ਪਹੁੰਚਦਾ ਹੈ ਹਿੰਮਤ ਕਰਦਾ ਹੈ ਉਸ ਤੇ ਸਾਥੀਆਂ ਤੇ ਇਲਜ਼ਾਮ ਲਾਉਂਦਾ ਹੈ ਫਿਰ ਪਰਤਾਂ ਖੁੱਲਦਿਆਂ ਨੇ ਕਿ ਨਹੀਂ ਇਹ ਤੇ ਮਰਡਰ ਹੋਇਆ ਉਸ ਨੂੰ ਕੋਈ ਚੀਜ਼ ਇਹੋ ਜਿਹੀ ਦਿੱਤੀ ਗਈ ਖਾਣ ਨੂੰ ਰੈਸਟੋਰੈਂਟ ਵਿੱਚੋਂ ਨਿਕਲਦੇ ਉਸ ਨੂੰ ਵੇਖਿਆ ਜਾ ਸਕਦਾ ਹੈ ਹੌਲੀ 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 ਇਹ ਕਤਲ ਦਾ ਕੇਸ ਬਣ ਗਿਆ ਕਿ ਉਸ ਉਹਨਾਂ ਡਾਕਟਰਾਂ ਨੂੰ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਭਾਈ ਤਫ਼ਤੀਸ਼ ਪੂਰੀ ਹੋਣ ਤੋਂ ਪਹਿਲੇ ਆਪਣਾ ਵਰਡਿਕ ਕਿਉਂ ਦੇ ਦਿੱਤਾ ਸੀ ਪਰ ਇਹ ਸਾਡੇ ਦੇਸ਼ ਦਾ ਰਵਾਜ ਹੈ ਹੁਣ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਜਾਪ ਦੀ ਪਰਿਵਾਰ ਅਜੇ ਪਿੱਛੇ ਨਹੀਂ ਹਟ ਰਿਹਾ ਪਰਿਵਾਰ ਨੂੰ ਸੀਰੀਅਸ ਲੈਣਾ ਪੈਂਦਾ ਉਹਨਾਂ ਨੇ ਪਰਿਵਾਰ ਨੂੰ ਸੀਬੀਆਈ ਨੇ ਚਿੱਠੀਆਂ ਸੀਬੀਆਈ ਨੂੰ ਪਰਿਵਾਰ ਨੇ ਚਿੱਠੀਆਂ ਲਿਖੀਆਂ ਕਿ ਪਾਈ ਇਹਦੀ ਛੋਟੀ ਜੀ ਬੱਚੀ ਐ ਖਰਸ਼ ਕਰੋ ਇਸਦਾ ਤੇ ਇਨਸਾਫ ਦਿਵਾਓ ਇਹ ਹੋਕ ਹੀ ਰਿਹਾ ਉਹ ਟਿਕਟੌਕ ਬੰਦ ਹੋਣ ਤੋਂ ਪਹਿਲਾਂ ਟਿਕਟੌਕ ਸਟਾਰ ਸੀ ਠੀਕ ਐ ਵੱਖਰੀ ਗੱਲ ਐ ਹੋਰ ਬਹੁਤ ਸਾਰੇ ਵੱਡੇ ਵੱਡੇ ਤੇ ਸਫਿਸਟੀਕੇਟਡ ਲੋਕ ਜਿਹੜੇ ਨੇ ਸੋਹਣਾ ਸੋਹਣਾ ਡਰੈਸ ਅਪ ਪਾ ਕੇ ਬੈਠਣ ਵਾਲੇ ਲੋਕਾਂ ਨੂੰ ਵੱਟੀਆਂ ਵੱਟੀਆਂ ਗੱਲਾਂ ਕਰਨ ਵਾਲੇ ਸੌਣ ਵਾਲੇ ਕਿਹੋ ਜਿਹਾ ਕਿਰਦਾਰ ਰੱਖਦੇ ਨੇ ਸਾਡੇ ਮੁਲਕ 'ਚ ਸਾਨੂੰ ਪਤਾ ਐ ਇਸ ਗੱਲ ਦਾ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਈਆਂ ਨੇ ਹੁਣ ਗੋਆ ਦੇ ਡੀਜੀਪੀ ਤੇ ਹਰਿਆਣਾ ਦੇ ਡੀਜੀਪੀ ਨੂੰ ਵੀ ਚਿੱਠੀ ਲਿਖੀ ਗਈ ਹੈ ਇਸ ਵਿੱਚ ਫਤਿਆਬਾਦ ਟੋਹਣਾ ਤੇ ਇੱਕ ਦੋ ਹੋਰ ਆਗੂਆਂ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਕਿ ਇਹਨਾਂ ਨੂੰ ਪੁੱਛੋ ਇਹਨਾਂ ਦਾ ਕੀ ਸਬੰਧ ਹੈ ਇਸ ਨਾਲ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਕਿ ਸੁਨਾਲੀ ਫੁਗਾੜ ਦਾ ਕਤਲ ਜਿਹੜਾ ਉਹ ਉਸਦੇ ਮੈਨੇਜਰ ਜਾਂ ਉਸ ਦਾ ਜਿਹੜਾ ਜੋ ਮੀਡੀਆ ਪਰਸਨ ਹੈ ਜਾਂ ਜੋ ਵੀ ਉਸ ਦਾ ਪ੍ਰੋਮੋਟਰ ਹੈ ਉਹ 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 ਉਹਨਾਂ ਦਾ ਹੀ ਕਸੂਰ ਨਹੀਂ ਇਹ ਇਸ ਵਿੱਚ ਫਤਿਆਬਾਦ ਹਿਸਾਰ ਤੇ ਟੋਹਾਣਾ ਦੇ ਵੱਡੇ ਵੱਡੇ ਆਗੂ ਵੀ ਸ਼ਾਮਲ ਨੇ ਉਹਨਾਂ ਨੂੰ ਜਿਹੜੀ ਚਿੱਠੀ ਇੱਕ ਮੀਡੀਆ ਦੇ ਵਿੱਚ ਸਾਹਮਣੇ ਆਈ ਹੈ ਉਸ ਚੀਜ਼ ਨੂੰ ਬਲੈਕਆਊਟ ਕੀਤਾ ਗਿਆ ਉਹ ਨਾਵਾਂ ਨੂੰ ਬਾਕੀ ਚੀਜ਼ਾਂ ਡਿਟੇਲਸ ਜਿਹੜੀਆਂ ਨੇ ਉਸ ਵਿੱਚ ਦਿੱਤੀਆਂ ਗਈਆਂ ਨੇ ਹੁਣ ਸਰਕਾਰ ਇਸ ਮਾਮਲੇ ਦੇ ਵਿੱਚ ਕਿਸੇ ਵਿਲ ਪਾਵਰ ਨਾਲ ਕਾਰਵਾਈ ਕਰੇਗੀ ਜਿੱਦਾਂ ਕਿ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਹੋਈ ਹੈ ਆਪਣੇ ਆਪ ਨੂੰ ਰੱਬ ਸਮਝਣ ਵਾਲਾ ਬੰਦਾ ਔਰ ਇੰਨਾ ਜ਼ਲੀਲ ਹੋਇਆ ਪਰ ਸ਼ਰਮ ਉਸ ਨੂੰ ਅੱਜ ਵੀ ਨਹੀਂ ਹੈ ਖੈਰ ਲੋਕ ਅੱਜ ਵੀ ਉਸਦੇ ਬਹੁਤ ਸਾਰੇ ਮਗਰ ਲੱਗੇ ਹੋਏ ਨੇ ਪਰ ਇਸ ਸੁਨਾਲੀ ਫੁਗਾੜ ਦੇ ਪਰਿਵਾਰ ਨੂੰ ਉਸ ਦੀ ਬੱਚੀ ਨੂੰ ਉਸ ਦੇ ਮਾਪਿਆਂ ਨੂੰ ਕੀ ਇਨਸਾਫ ਮਿਲੇਗਾ ਇਹ ਹੁਣ ਬਿਲ ਪਾਵਰ ਤੇ ਡਿਪੈਂਡ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਕੋਲੇ ਚਿੱਠੀਆਂ ਗਈਆਂ ਨੇ ਉਸ ਹਿਸਾਬ ਨੂੰ ਇਸ ਚੀਜ਼ ਨੂੰ ਕਿਵੇਂ ਜਿਹੜਾ ਇਸ ਚੀਜ਼ ਨੂੰ ਦੇਖਦੇ ਨੇ ਤੇ ਸੀਬੀਆਈ ਕੋਲ ਚਿੱਠੀ ਜਾਣੀ ਕੋਈ ਛੋਟੀ ਗੱਲ ਨਹੀਂ ਹੈ ਤੇ ਸਰਕਾਰ ਕੇਂਦਰ ਸਰਕਾਰ ਤੇ ਹੋਰ ਸਰਕਾਰਾਂ ਇਸ ਮਾਮਲੇ 'ਚ ਇਹ ਬਜਾਏ ਕਿਸੇ ਇੱਕ ਤੋਂ ਦੋ ਵਿਅਕਤੀਆਂ ਦੀ ਸਾਈਡ ਲੈਣ ਦੇ ਨਿਰਪੱਖ ਹੋ ਕੇ ਇਸ ਦੀ ਜਾਂਚ ਕਰਦੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਤੇ ਦੁਬਾਰਾ ਇਹੋ ਜਿਹੀ ਜੋਤ ਕਰਨ ਦੀ ਕੋਈ ਕੋਸ਼ਿਸ਼ ਨਾ ਕਰੇ ਪੰਜਾਬ ਦੀ ਰਾਜਨੀਤੀ ਵੱਲ ਰੁਖ ਕਰਦੇ ਆ ਸੁਖਵੀਰ ਸਿੰਘ ਬਾਦਲ ਦੀ ਜੇ ਗੱਲ ਕਰੀਏ ਤੇ ਭਗਵੰਤ ਸਿੰਘ ਮਾਨ ਨੂੰ ਵਾਵਾਏ ਘੇਰ ਲੈਂਦੇ ਨੇ ਪੰਜਾਬ ਸਰਕਾਰ ਦੇ ਪੇਸ਼ ਪਾਏ ਹੋਏ ਨੇ ਜੇ ਮਜੀਠੀਆ ਦੀ ਗੱਲ ਕਰੀਏ ਤੇ ਉਹ ਵੀ ਕੋਈ ਮੌਕਾ ਨਹੀਂ ਛੱਡਦੇ ਅੱਜ ਮਜੀਠੀਆ ਸਾਹਿਬ ਕਹਿੰਦੇ ਪੰਜਾਬ ਨੂੰ ਘਾਟਾ ਪੈ ਗਿਆ ਬੜੀ ਹੈਰਾਨ ਹੋਈ ਆ ਮੈਂ ਸੁਣ ਕੇ ਵੀ ਪੰਜਾਬ ਦਾ ਐਡਾ 헤ਜ ਕਿੱਥੋਂ ਜਾ ਗਿਆ ਇਹਨਾਂ ਨੂੰ ਕੀ ਉਦੋਂ ਪੰਜਾਬ ਨਫੇ 'ਚ ਸੀ ਜਦੋਂ ਇਹਨਾਂ ਦੇ ਹਵਾਲੇ ਸੀ ਪੰਜਾਬ ਨਫੇ ਵਿੱਚ ਕੀ ਹੋਣਾ ਅਸੀਂ ਤੇ ਸਭ ਲਈ ਇਹੋ ਹੀ ਸੁਣਦੇ ਆ ਰਹੇ ਆਂ ਹਰ ਸਾਲ ਬਜਟ ਪੇਸ਼ ਕੀਤਾ ਜਾਂਦਾ ਹੈ ਉਸ ਵਿੱਚ ਸਾਡਾ ਕਰਜ਼ਾ ਵੱਧ ਜਾਂਦਾ ਹੈ ਸਰਕਾਰ ਜਦੋਂ ਬਦਲਦੀ ਹੈ ਉਹ ਪਿਛਲੀ ਸਰਕਾਰ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਨੂੰ ਕਰਜ਼ਾ ਦੇ ਦਿੱਤਾ ਕਦੇ ਸੁਣਦੇ ਸੀ ਇੰਦਰ ਕੁਮਾਰ ਗੁਜਰਾਲ ਨੇ ਪੰਜਾਬ ਦਾ ਕਰਜ਼ਾ ਮਾਫ ਕਰ ਦਿੱਤਾ ਉਹ ਗੱਲਾਂ ਕਦੋਂ ਦੀਆਂ ਪਿੱਛੇ ਰਹਿ ਗਈਆਂ ਤੇ ਕਿੱਥੇ ਪਹੁੰਚ ਗਏ ਅਸੀਂ ਕਰਜ਼ਾ ਇੰਨਾ ਜ਼ਿਆਦਾ ਵੱਧ ਗਿਆ ਤੇ ਸ਼ਾਹੀ ਖਰਚੇ ਇਸ ਹਿਸਾਬ ਨਾਲ ਪੰਜਾਬ 'ਚ ਕੀਤੇ ਗਏ ਆਪਣਾ ਪਰਸ ਜਿਹੜਾ ਸੀ ਉਹ ਚੈੱਕ ਨਹੀਂ ਕੀਤਾ ਗਿਆ ਕਿ ਸਾਡੇ ਕੋਲ ਹੈ ਕੀ ਤੇ ਅੱਜ ਸਾਡੀ ਬਹੁਤੀ ਆਮਦਨੀ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਸਿਰਫ ਵਿਆਜ ਦੇਣ ਦੇ ਵਿੱਚ ਜਾ ਰਿਹਾ ਹੈ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਸਟੇਟ ਟਰਾਂਸਪੋਰਟ ਦੀ ਪਨ ਬੱਸ ਪੰਜਾਬ ਰੋਡਵੇਜ ਤੇ ਪੀਆਰਟੀਸੀ ਪੈਪਸੂ ਇਹਨਾਂ ਦਾ ਸਰਕਾਰ ਵੱਲ ਵੱਡਾ ਬਕਾਇਆ ਖੜਾ ਹੈ ਪਿਛਲੇ ਲੰਬੇ ਸਮੇਂ ਤੋਂ ਪਨ ਬੱਸ ਰੋਡਵੇਜ ਦਾ 100 ਕਰੋੜ ਤੋਂ ਉੱਪਰ ਬਕਾਇਆ ਸਰਕਾਰ ਵੱਲ ਖੜਾ ਹੈ ਪੀਆਰਟੀਸੀ ਦਾ 200 ਕਰੋੜ ਖੜਾ ਉਹ ਕਿਉਂ ਹੈ ਜਦੋਂ ਸਰਕਾਰਾਂ ਕਿਸੇ ਸਹੂਲਤ ਦਾ ਐਲਾਨ ਕਰਦੀਆਂ ਨੇ ਜਦੋਂ ਸਰਕਾਰਾਂ ਲੋਕਾਂ ਨੂੰ ਕਹਿੰਦੀਆਂ ਨੇ ਕਿ ਆਹ ਚੀਜ਼ ਤੁਹਾਨੂੰ ਐਸ ਰੇਟ ਵਿੱਚ ਦੇਵਾਂਗੇ ਚਾਹੇ ਉਹ ਬਿਜਲੀ ਸਸਤੀ ਹੋਵੇ ਚਾਹੇ ਇਸ ਤਰ੍ਹਾਂ ਟ੍ਰਾਂਸਪੋਰਟੇਸ਼ਨ ਦਾ ਹੋਵੇ ਪਰ ਉਹ ਜਿਹੜੇ ਮਹਿਕਮੇ ਬਣਾਏ ਗਏ ਨੇ ਇੰਡੀਪੈਂਡੈਂਟ ਭਾਵੇਂ ਉਹ ਸਰਕਾਰੀ ਨੇ ਪਰ ਉਹਨਾਂ ਨੂੰ ਸਰਕਾਰ ਦਿੰਦੀ ਐ ਕਿ ਤੁਸੀਂ ਜਿਹੜਾ ਉਧਰੋਂ ਨੁਕਸਾਨ ਚੱਲਣਾ ਤੁਹਾਡਾ ਇਧਰੋਂ ਪੂਰਤੀ ਕੀਤੀ ਕੀਤੀ ਜਾਵੇਗੀ ਉਹ ਨਹੀਂ ਦਿੱਤਾ ਜਾ ਰਿਹਾ ਤੇ ਪੀਆਰਟੀਸੀ ਦੇ ਤੇ ਰੋਡਵੇਜ ਦੇ ਮੁਲਾਜ਼ਮ ਕਹਿੰਦੇ ਨੇ ਕਿ ਤਨਖਾਹਾਂ ਨਹੀਂ ਸਾਨੂੰ ਮਿਲ ਰਹੀਆਂ ਤਨਖਾਹਾਂ ਲੇਟ ਨੇ ਦੀਵਾਲੀ ਆ ਰਹੀ ਐ ਤੇ ਤਰੀਕ ਕਿੰਨੀ ਹੋ ਗਈ ਤੇ ਸਾਨੂੰ ਤਨਖਾਹਾਂ ਹਰ ਮਹੀਨੇ ਲੇਟ ਆਉਂਦੀਆਂ ਨੇ ਗੱਲ ਇਹ ਹੈ ਜੇ ਅੰਕੜਿਆਂ ਤੇ ਜਾਇਆ ਜਾਵੇ ਤਾਂ ਕੁਝ ਦਿਨ ਪਹਿਲਾਂ ਲਾਲਜੀਤ ਸਿੰਘ ਘੋਣਾ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਕਿ ਪਿਛਲੇ 6 ਮਹੀਨਿਆਂ ਨਾਲੋਂ ਇਹਨਾਂ 6 ਮਹੀਨਿਆਂ ਦੇ ਵਿੱਚ 40 ਤੋਂ 45% ਦਾ ਵਾਧਾ ਜਿਹੜਾ ਹੈ ਰੈਵਨਿਊ ਦੇ ਵਿੱਚ ਦਰਜ ਕੀਤਾ ਗਿਆ ਸਾਡੀ ਆਮਦਨੀ ਵਧੀ ਹੈ ਨਵੀਆਂ ਬੱਸਾਂ ਵੀ ਦਿੱਲੀ 에ਰਪੋਰਟ ਤੱਕ ਚਲਾ ਦਿੱਤੀਆਂ ਗਈਆਂ ਨੇ ਪਰ ਵਰਤਮਾਨ ਦੇ ਮੁਕਾਬਲੇ ਪੁਰਾਣੀਆਂ ਵਾਸਤਾਵਸਤਾ ਵਿੱਚ ਸੰਕਟ ਜਿਹੜਾ ਹੈ ਉਹ ਕਹਿੰਦੇ ਨੇ ਕਿ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਹੁਣ ਪੱਧ ਗਿਆ ਕਾਰਨ ਇਹ ਕਿ ਜੋ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਉਸ ਮਾਮਲੇ ਦੇ ਵਿੱਚ ਸਰਕਾਰ ਜੋ ਕਹਿੰਦੀ ਹੈ ਸਰਕਾਰ ਨੇ ਜੋ ਦੇਣਾ ਹੁੰਦਾ ਹੈ ਆਪਣੇ ਆਪਣੇ ਹਿੱਸੇ ਦਾ ਇਹਨਾਂ ਟ੍ਰਾਂਸਪੋਰਟ ਅਥਾਰਟिटीज ਨੂੰ ਉਹ ਪੂਰਾ ਨਹੀਂ ਦਿੱਤਾ ਜਾ ਰਿਹਾ ਇੰਨੇ ਨੇ ਵੱਡੇ ਬਕਾਏ ਜੀ ਉਹਨਾਂ ਦੇ ਅੱਜ ਦੇ ਦੇ ਦਿੱਤੇ ਜਾਣ ਤੇ ਤਨਖਾਹਾਂ ਕੀ ਉਹ ਆਪਣੇ ਕੰਮ ਨੂੰ ਹੋਰ ਵੀ ਤਰੀਕੇ ਨਾਲ ਅਗੇ ਓਕੇ ਜਿਹੜੇ ਨੇ ਉਹ ਤੋੜ ਸਕਦੇ ਨੇ ਜੋ ਪ੍ਰਤੀ ਸਵਾਰੀ ਜਿਹੜੀ ਹੈ ਬੱਸ ਦੇ ਵਿੱਚ ਸਫ਼ਰ ਕਰਤੇ 35 ਤੋਂ 40 ਰੁਪਏ ਦੀ ਆਮਦਨ ਦੀ ਇੱਕ ਸੀਟ ਹੁੰਦੀ ਸੀ ਉਹ ਹੁਣ ਫ੍ਰੀ ਸਫ਼ਰ ਤੇ ਕਰਨ ਦੇ ਨਾਲ ਉਹ 17 ਤੋਂ 20 ਰੁਪਏ ਕਮ ਰਹਿ ਗਿਆ ਜੀ ਇਹਨਾਂ ਵਿੱਚ ਮਹਿਲਾਵਾਂ ਦਾ ਫ੍ਰੀ ਸਫ਼ਰ ਕਰਨ ਦੇ ਵਿੱਚ ਵਾਅਦੇ ਤੇ ਸਰਕਾਰਾਂ ਨੇ ਕੀਤੇ ਹੋਏ ਨੇ ਬੋਝ ਜਿਹੜਾ ਇਹਨਾਂ ਡਿਪਾਰਟਮੈਂਟਸ ਤੇ ਪਿਆ ਹੋਇਆ ਜੇ ਸਾਡੇ ਟ੍ਰਾਂਸਪੋਰਟ ਮੰਤਰੀ ਨੇ ਕੋਈ ਦਿਨ ਪਹਿਲਾਂ ਦਾਵਾ ਕੀਤਾ ਸੀ ਕਿ ਦੇਖੋ ਅਸੀਂ ਜਿਹੜਾ ਸਾਨੂੰ ਆਮਦਨ ਵੱਧ ਹੋ ਰਹੀ ਹੈ ਫਿਰ ਹੋਣ ਵੀ ਦਿਓ ਆਮਦਨ ਜਿਹੜੀ ਵਿਕਰਮ ਸਿੰਘ ਵਿਜੀਠੀਆ ਦੀ ਗੱਲ ਤੁਸੀਂ ਕੀਤੀ ਹੈ ਉਧਰੋਂ ਆਉਂਦੇ ਆ ਇਹ ਕਿਸੇ ਨੇ ਸਾਰ ਨਹੀਂ ਲਈ ਸਟੇਟ ট্রান্সਪੋਰਟ ਦੀ ਜਦੋਂ ਸਾਰੀ ਦੁਨੀਆ ਰੌਲੀ ਪਾ ਰਹੀ ਸੀ ਕਿ ਸੁਖਵੀਰ ਬਾਦਲ ਤੇ ਉਹਨਾਂ ਦੀ ਪਾਰਟੀ ਦਾ ਧਿਆਨ ਪ੍ਰਾਈਵੇਟ ਬੱਸਾਂ ਦੀਆਂ ਕੰਪਨੀਆਂ ਖਰੀਦਣ ਤੇ ਲੱਗਾ ਹੋਇਆ ਤੇ ਰੋਡਵੇਜ ਦੀ ਸਾਰਕਲ ਲੈਣੀ ਸੀ ਫਿਰ ਰੋਡਵੇਜ ਦੀਆਂ ਬੱਸਾਂ ਨੂੰ ਨਕਾਰਿਆ ਗਿਆ ਸਟੇਟ ট্রান্সਪੋਰਟ ਸਟੇਟ ਕੇਬਲ ਮਾਫੀਆ ਲੈਂਡ ਸਭ ਕੁਝ ਜਿਹੜਾ ਇਸ ਹਿਸਾਬ ਨਾਲ ਚਲਾਇਆ ਗਿਆ ਕਿ ਇਹਨਾਂ ਨੂੰ ਲੁੱਟਿਆ-ਖੁੱਟਿਆ ਗਿਆ ਤੇ ਸਰਕਾਰੀ ادارے ਖਤਮ ਹੋਣ ਦਿੱਤੇ ਗਏ ਹੌਲੀ ਹੌਲੀ ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਵੈਸੇ ਤੱਕ ਕੰਮ ਹੋ ਰਿਹਾ। ਯਕੀਨ ਦਿਵਾ ਦਿਓ ਕਿ ਇਹ ਜਿਹੜਾ ਸਟੇਟ ਰਨ ਸਿਸਟਮ ਹੈ ਜਿਸ ਨੂੰ ਸਰਕਾਰ ਆਪ ਖੁਦ ਚਲਾਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਚੱਲਣਾ ਨਹੀਂ ਜੀ ਇਹਨੂੰ ਹੌਲੀ ਹੌਲੀ ਪ੍ਰਾਈਵੇਟ ਕਰਨਾ ਪੈਣਾ। ਜੀ ਅੱਜ ਵੱਡੇ ਵੱਡੇ ਸਰਕਾਰੀ ਦਫ਼ਤਰਾਂ ਦੇ ਸਬ ਸਬ ਆਫਿਸ ਬਣਾ ਕੇ ਉਹਨਾਂ ਦੇ ਵਿੱਚ ਪ੍ਰਾਈਵੇਟ ਲੋਕਾਂ ਨੂੰ ਬਿਠਾ ਦਿੱਤਾ ਗਿਆ ਨੌਜਵਾਨ ਲੜਕੇ ਲੜਕੀਆਂ ਨੂੰ ਪੂਰੀ ਤਨਖਾਹ ਵੀ ਨਹੀਂ ਮਿਲ ਰਹੀ ਉਹਨਾਂ ਨੂੰ ਕੰਟਰੈਕਟ ਬੇਸਿਸ ਤੇ ਭਰਤੀ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਬਿਹਤਰੀਨ ਸਾਲਾਂ ਦੇ ਵਰਤ ਕੇ ਨੇ ਗੂਲੀ ਇਹ ਤਨਖਾਹ ਤੇ ਰੱਖਿਆ ਜਾ ਰਿਹਾ ਸਰਕਾਰਾਂ ਸੁੱਤੀਆਂ ਪਈਆਂ ਨੇ ਇਹ ਸਿਸਟਮ ਕ੍ਰੀਏਟ ਕਿ ਕਿਸ ਕਿਸ ਨੇ ਕੀਤਾ ਮੈਂ ਸਮਝਦਾ ਕਿ ਬੇਕਮ ਸਿੰਘ ਮਜੀਠੀਆ ਦਾ ਅੱਜ ਇਹ ਸਵਾਲ ਉਠਾਉਣਾ ਕਿ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਬਿਲਕੁਲ ਵੀ ਵਾਜਬ ਨਹੀਂ ਜਦੋਂ ਕੋਈ ਤਨਖਾਹ ਜਾਂ ਕੋਈ ਹੋਰ ਇਹੋ ਜਿਹਾ ਕੰਮ ਹੁੰਦਾ ਹੈ ਤੇ ਇਸ ਦੇ ਪਿੱਛੇ ਸਿਸਟਮ ਜ਼ਿੰਮੇਵਾਰ ਹੈ ਲੰਬੇ ਸਮੇਂ ਤੋਂ ਅੱਜ ਦਾ ਨਹੀਂ ਲੰਬੇ ਸਮੇਂ ਤੋਂ ਸਰਕਾਰ ਦੀ ਜ਼ਿੰਮੇਵਾਰੀ ਵਧਦੀ ਹੈ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇ ਉਹ ਪਾਸੇ ਕਹਿ ਰਹੇ ਨੇ ਕਿ ਸਾਡੀ ਆਮਦਨ ਵਧੀ ਹੈ ਤੇ ਸੰਦਨ ਸਾਨੂੰ ਦਿਖਾਓ ਵੀ ਉਸ ਨੂੰ ਇੰਪਰੂਵ ਕੀ ਹੋ ਰਿਹਾ ਹੈ ਗਰਜੀ ਸਿੰਘ ਚੰਡੀ ਦੀ ਸਰਕਾਰ ਆਉਂਦੀ ਹੈ ਤੇ ਫੋਟੋਆਂ ਲੱਗ ਜਾਂਦੀਆਂ ਨੇ ਬੱਸਾਂ ਦੇ ਕੈਪਟਨ ਦੀਆਂ ਲਾਂਕੀ ਤੇ ਹੋਰ ਕੁਝ ਵੀ ਨਹੀਂ ਹੁੰਦਾ ਚਾਰ ਦਿਨ ਰਾਜਾ ਵੜਿੰਗ ਰੋਲਾ ਪਾਉਂਦੇ ਨੇ ਕਿ ਅਸੀਂ ਉੱਥੇ ਜਾ ਰਹੇ ਹਾਂ ਕਰ ਰਹੇ ਹਾਂ ਚੈਕਿੰਗ ਹੋ ਰਹੀ ਹੈ ਤੇ ਉਹ ਕਿਹੜਾ ਮਾਹੌਲ ਸੀ ਵਿਕਮ ਸਿੰਘ ਵਿਜੀਠੀਆ ਨੂੰ ਸਵਾਲ ਹੈ ਮੇਰਾ ਕਿ ਜਦੋਂ ਬੱਸ ਅਡੇ ਦੇ ਵਿੱਚੋਂ ਲੈ ਕੇ ਸਵਾਰੀਆਂ ਨੂੰ ਨਿਕਲਦੀ ਬੱਸ ਜਿਹੜੀ ਹੈ ਪ੍ਰਾਈਵੇਟ ਬੱਸ ਨੂੰ ਘੇਰ ਕੇ ਜਿਹੜਾ ਇਸ ਸਰਕਾਰੀ ਬੱਸ ਨੂੰ ਰੋਕ ਕੇ ਉਸ ਵਿੱਚੋਂ ਸਵਾਰੀਆਂ ਲਾ ਕੇ ਪ੍ਰਾਈਵੇਟ ਦੇ ਵਿੱਚ ਧੱਕੇ ਨਾਲ ਬਿਠਾਈਆਂ ਜਾਂਦੀਆਂ ਸੀ ਇਹ ਨਹੀਂ ਹੋਇਆ ਪੰਜਾਬ ਵਿੱਚ ਹੋਇਆ ਹੈ ਨਾ ਫਿਰ ਕਿਹਦੇ ਰਾਜ ਵਿੱਚ ਹੋਇਆ ਤੇ ਫਿਰ ਆਵਾਜ਼ ਕਿਉਂ ਠਾਉਂਦੇ ਹੋ ਤੁਸੀਂ ਤੁਸੀਂ ਆਪਣਾ ਵੀ ਤੇ ਦੱਸੋ ਨਾ ਤੁਸੀਂ ਇੰਨੇ ਸਾਲਾਂ ਦੇ ਵਿੱਚ ਕੀ ਡਿਵੈਲਪਮੈਂਟ ਕੀਤੀ ਹੈ ਉਹਦੀ ਉਹਨਾਂ ਦੇ ਕੀ ਹਾਲਤ ਸੀ ਉਹਨਾਂ ਬੱਸਾਂ ਦੀ ਉਹਨਾਂ ਟ੍ਰਾਂਸਪੋਰਟ ਅਥਾਰਟੀ ਦਾ ਹਾਲ ਕੀ ਸੀ ਇਹ ਇੰਨਾ ਪੁਰਾਣਾ ਸਿਸਟਮ ਹੈ ਇਸ ਨੂੰ ਤਹਿਸ ਨਹਿਸ ਬੜੇ ਤਰੀਕੇ ਨਾਲ ਕੀਤਾ ਗਿਆ ਔਰ ਜਿੰਨਾ ਰੈਵਨਿਊ ਸਰਕਾਰ ਨੂੰ ਹੋ ਸਕਦਾ ਹੈ ਤੇ ਜਿੰਨੀ ਸਹੂਲਤ ਲੋਕਾਂ ਨੂੰ ਹੋ ਸਕਦੀ ਹੈ ਉਸ ਦਾ ਬਹੁਤ ਥੋੜਾ ਪਰਸੈਂਟ ਜਿਹੜਾ ਲੋਕਾਂ ਨੂੰ ਮਿਲ ਰਿਹਾ ਬਾਕੀ ਖਾਦਾ ਪੀਤਾ ਗਿਆ ਪੰਜਾਬ ਨੂੰ ਲੁੱਟ ਕੇ ਚੰਗੀ ਤਰ੍ਹਾਂ ਰਾਜ ਕੇ ਖਾਦਾ ਪੀਤਾ ਗਿਆ ਜੀ ਇਹ ਤਾਂ ਬੱਸਾਂ ਦੀ ਗੱਲ ਹੈ ਪਰ ਪੁਰਾਣੀਆਂ ਸਰਕਾਰਾਂ ਤਾਂ ਗੈਂਗਸਟਰਵਾਦ ਵੀ ਨਵੀਂ ਸਰਕਾਰ ਦੇ ਮੱਥੇ ਤੇ ਮੜ ਰਹੀਆਂ ਨੇ ਖੈਰ ਅਸੀਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਤੇ ਦਰਸ਼ਕਾਂ ਕੋਲ ਲੈਨੇ ਆ ਵਿਦਾ ਕੁਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖੇ ਨੇ ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕੱਲ ਨੂੰ ਫੇਰ ਇਸੇ ਵੇਲੇ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ